ਕਹਿੰਦੇ ਆਰੀ 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 ਵੀ ਮੇਲਾ ਛਪਾਰ ਸੁਣੀ ਦਾ ਜਿਹੜਾ ਲੱਗਦਾ ਜਗਤ ਤੋਂ ਭਾਰੀ ਨਹੀਂ ਵੈਲੀਆਂ ਦਾ ਇਕੱਠ ਹੋ ਗਿਆ। ਉਹ ਵੈਲੀਆਂ ਦਾ ਇਕੱਠ ਹੋ ਗਿਆ ਨਹੀਂ, ਉੱਥੇ ਬੋਤਲਾਂ ਮੰਗਾ ਲਈਆਂ 40, 40 ਚੋਂ ਇੱਕ ਬਚ ਗਈ। ਉਹ ਚੱਕ ਕੇ ਕੰਧ ਨਾਲ ਮਾਰੀ ਨੀ ਰਤਨ ਸਿੰਘ ਦੋਦਰਾਂ ਦਾ, ਅੱਗੇ ਮੈਨੂੰ ਆਉਂਦਾ ਨਹੀਂ ਹੈਗਾ। ਤੋ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਅਤੇ ਵੈਲਕਮ ਬੈਕ ਟੂ ਦੀ ਅਨਦਰ ਵਲੋਗ। ਅਤੇ ਅੱਜ ਪੰਜਾਬ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਪ੍ਰਸਿੱਧ ਮੇਲਾ, ਮੇਲਾ ਛਪਾਰ ਦਾ, ਉਹਦਾ ਵਲੋਗ ਤੁਹਾਡੇ ਲਈ ਵਿਸ਼ੇਸ਼ ਤੌਰ 'ਤੇ ਲੈ ਕੇ ਆਏ ਹਾਂ। ਮੇਰੇ ਨਾਲ ਅਮਰ ਭਾਈ ਚਮਕੀਲੇ ਦਾ ਭਤੀਜਾ ਤੇਜਾ ਬਾਈ ਅੱਜ ਨਾਲ ਹੈ। ਕੀ ਹਾਲ ਚਾਲ ਹੈ ਤੇਜੇ? ਬਸ ਵਧੀਆ ਜੀ। ਅਤੇ ਮੇਲੇ ਬਾਰੇ ਕੋਈ ਗੱਲਬਾਤ? ਬਾਹਰ ਦਾ ਮੇਲਾ ਬਹੁਤ ਭਰਿਆ। ਸਹੀ ਗੱਲ ਹੈ, ਦੁਨੀਆ ਆ ਰਹੀ ਆ ਦੂਰੋਂ ਦੂਰੋਂ। ਅਤੇ ਚਲੋ, ਬਾਕੀ ਮੇਲੇ ਦਾ ਜੋ ਇਤਿਹਾਸ ਹੈ ਉਹਦੀ ਡਿਟੇਲ ਜੋ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਅਤੇ ਆਓ ਫਿਰ ਤੁਹਾਨੂੰ ਮੇਲੇ ਦੇ ਪੂਰੇ ਰੰਗ ਦਿਖਾਈਏ। ਪੰਜਾਬ ਦੇ ਜਿੰਨੇ ਵੀ ਪੁਰਾਣੇ ਮੇਲੇ ਨੇ ਅਤੇ ਇੱਦਾਂ ਦੇ ਬਾਈਆਂ ਨੇ ਪੁਰਾਣੇ ਮੇਲਿਆਂ ਨੂੰ ਹਜੇ ਤੱਕ ਜਿਉਂਦਾ ਰੱਖਿਆ ਹੈ। ਬਾਈ ਨੇ ਬਹੁਤ ਸੋਹਣੀ ਬਾਂਸਰੀ ਵਜਾਈ। ਬਾਈ ਦਾ ਨਾਮ ਹੈ ਮੁਹੰਮਦ। ਮੁਹੰਮਦ ਜਮੀਲ ਹੈ ਜੀ। ਮੁਹੰਮਦ ਜਮੀਲ ਕਿਹੜੀ ਜਗ੍ਹਾ ਤੋਂ? ਮਲੌਦ ਤੋਂ ਜੀ। ਮਲੌਦ ਤੋਂ? ਬਹੁਤ ਵਧੀਆ ਲੱਗਿਆ ਹੈ, ਪੁਰਾਣਾ ਟਾਈਮ ਚੇਤੇ ਕਰਾਤਾ ਬਾਈ ਨੇ। ਚਲੋ, ਥੈਂਕ ਯੂ ਬਾਈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਅਮਰ ਬਾਈ ਚਮਕੀਲੇ ਦੀ ਤਰਜ ਕੱਢੀ, ਉਹ ਬਹੁਤ ਸੋਹਣੀ ਲੱਗੀ। ਅਸੀਂ ਦੂਰੋਂ ਦੇਖਿਆ, ਮੈਂ ਕਿਹਾ ਬਾਈ ਕਾਢੋ ਤੇ ਬਾਈ ਨੂੰ ਸਪੈਸ਼ਲ ਮਿਲਣਾ। ਬਹੁਤ ਵਧੀਆ ਕੀਤਾ ਜੀ। ਚਲੋ, ਥੈਂਕ ਯੂ ਬਾਈ, ਥੈਂਕ ਯੂ। ਮੁਬਾਰਕਾਂ ਮੇਲੇ ਦੀਆਂ, ਮੇਲੇ ਦੀਆਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਅਤੇ ਮਿੱਤਰੋ, ਇੱਦਾਂ ਦੇ ਹੀ ਰੰਗ ਨੇ ਜੋ ਮੇਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਨੇ, ਪੰਜਾਬ ਦਾ ਪੁਰਾਣਾ ਸੱਭਿਆਚਾਰ। ਅਤੇ ਹੋਰ ਵੀ ਅੱਗੇ ਦਿਖਾਉਂਦੇ ਹਾਂ ਕੀ ਕੁਛ ਹੈ ਰੰਗ ਮੇਲੇ ਦੇ, ਆ ਜਾਓ ਫਿਰ। ਅੱਜ ਲੱਗਦਾ ਪਿਆ ਕਿ ਮੇਲਾ ਪੂਰਾ ਭਰਿਆ ਹੋਇਆ, ਐਂਡ ਚਾਰੇ ਪਾਸੇ ਉਹੀ ਪੁਰਾਣਾ ਟਾਈਮ ਚੇਤੇ ਆ ਗਿਆ ਵੀ ਕਿਤੇ ਪੈਰ ਰੱਖਣ ਨੂੰ ਥਾਂ ਨਹੀਂ ਹੈਗੀ, ਐਂਡ ਫੁੱਲ ਪੇਲ ਮੇਲਾ ਭਰਿਆ ਹੋਇਆ। ਦੇਖ ਲਓ ਤੁਸੀਂ ਪਿੱਛੇ ਕਿ ਸਭ ਤੋਂ ਪਹਿਲਾਂ ਦਰਬਾਰ ਹੈ। ਹਾਂ, ਸਭ ਤੋਂ ਪਹਿਲਾਂ ਕਹਿੰਦਾ ਜੋ ਇੱਥੇ ਮੇਲੇ ਦਾ ਮੇਨ ਦਰਬਾਰ ਹੈ ਉੱਥੇ ਪਹਿਲਾਂ ਮੱਥਾ ਟੇਕ ਲਈਏ, ਮੇਲਾ ਆਪਾਂ ਫਿਰ ਦੇਖਦੇ ਹਾਂ। ਅਤੇ ਆਓ ਚਲੋ ਵੀ ਤੁਹਾਨੂੰ ਫਿਰ ਦਰਬਾਰ ਦਿਖਾਉਂਦੇ ਹਾਂ, ਅਤੇ ਉੱਥੇ ਪੂਰਾ ਜੋ ਵੀ ਉੱਥੇ ਹੁੰਦਾ ਉਹ ਸਾਰਾ ਸਿਸਟਮ ਦਿਖਾ ਕੇ ਫਿਰ ਤੁਹਾਨੂੰ ਮੇਲੇ ਦੀਆਂ ਰੌਣਕਾਂ ਵੀ ਪੂਰੀਆਂ ਦਿਖਾਉਂਦੇ ਹਾਂ। ਅਤੇ ਦਰਬਾਰ 'ਚ ਨਾ ਮੱਥਾ ਟੇਕਣ ਤੋਂ ਬਾਅਦ ਹੁਣ ਅਸੀਂ ਮੌਤ ਦਾ ਖੂਹ ਇੱਕ ਲੱਗਿਆ ਹੋਇਆ ਸਰਕਸ ਜੀ ਟਾਈਪ ਹੈ, ਅਸੀਂ ਉਹ ਦੇਖਣ ਆਏ ਹਾਂ। ਅਤੇ 50 ਰੁਪਏ ਦੀ ਇਹਦੀ ਟਿਕਟ ਸੀਗੀ, ਅਤੇ ਟਿਕਟ ਲੈ ਕੇ ਆਪ ਵੀ ਨਜ਼ਾਰਾ ਦੇਖਦੇ ਹਾਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਬਹੁਤ ਚਿਰਾਂ ਬਾਅਦ ਮੈਂ ਚੀਜ਼ ਦੇਖਣ ਲੱਗਾ।
ਦੇਖ ਕੇ ਨਜ਼ਾਰਾ ਤਾਂ ਆ ਗਿਆ, ਡਰ ਵੀ ਬਹੁਤ ਲੱਗਿਆ ਹਨਾ ਤੇ ਉਹ ਮਰੂਤੀ ਜੀ ਨੇ ਤਾਂ ਬਾਈ ਸਰਾਈ ਲਾਤਾ ਸੀ, ਰਿਸਕ ਪੂਰਾ ਸੀਗਾ ਪਰ ਐਂਟਰਟੇਨਿੰਗ ਸੀਗਾ, ਇੱਕ ਨੈਕਸਟ ਲੈਵਲ ਐਂਟਰਟੇਨਮੈਂਟ ਸੀਗੀ। ਆ ਬਾਈ ਸਾਡੇ ਨਾਲ ਖੜੇ ਬਹਿੰਦੇ ਸੀਗੇ, ਕਿਵੇਂ ਰਿਹਾ ਬਾਈ ਫਿਰ? ਓਕੇ ਰਿਹਾ ਬਾਈ, ਓਕੇ। ਡਰ ਲੱਗਿਆ ਬਹੁਤ ਜ਼ਿਆਦਾ ਬਾਈ, ਮਰੂਤੀ ਵਾਲੀ ਵੇਲੇ ਡਰ ਜ਼ਿਆਦਾ ਲੱਗ ਰਿਹਾ। ਉੱਪਰੋਂ ਵਿਊ ਦਿਖਾਉਣਾ ਤੁਹਾਨੂੰ, ਮੌਤ ਦਾ ਖੂਹ ਵੇਖਣ ਤੋਂ ਬਾਅਦ ਹੁਣ ਅਸੀਂ ਜਿੱਥੇ ਝੂਟੇ ਜੇ ਲੱਗੇ ਹੋਏ ਨੇ ਉੱਥੇ ਆਏ ਹੋਏ ਆ। ਤੇਜਾ ਮੰਨਦਾ ਨਹੀਂ ਹੈਗਾ ਯਾਰ, ਆਇਆ ਯਾਰ ਤੇਜੇ? ਨਾ ਨਾ ਮੈਂ 8 ਰੁਪਏ ਜਾਣਾ। ਉਹ ਤੂੰ ਜਾਣ ਦੇ, ਨਹੀਂ ਮਜ਼ਾਕ ਨਹੀਂ ਕਰਦਾ। ਚੱਲ ਯਾਰ ਆ ਤਾਂ ਲੈ ਲਾ, ਆ ਕਿਸ਼ਤੀ ਦਾ ਲੈ ਲਾ। ਨਹੀਂ ਨਹੀਂ ਇਹਦੇ ਮਨ ਕੋ ਮੇਰ ਆ ਜੂ, ਹੈ ਕੋ ਮੇਰ ਆ ਜੂ ਨਹੀਂ। ਯਾਰ ਤੇਰੀ ਟਿਕਟ ਲੈ ਲਈ ਤੇ ਹੁਣ ਕਿਸ਼ਤੀ ਤੇ ਆ ਜਾ ਨਾਲ ਹੀ ਲੈ ਲਾ ਹਜੇ। ਬਸ ਬਸ ਬਸ, ਹੈ ਆ ਜਾ ਤੇ ਬੈਠ। ਉੱਪਰ ਬੈਠਿਆ ਸੀ ਪਹਿਲਾਂ ਮੈਂ ਜਾ ਕੇ, ਪਰ ਉੱਪਰ ਡਰ ਹੀ ਬਹੁਤ ਜ਼ਿਆਦਾ ਲੱਗਿਆ, ਹਾਰ ਕੇ ਮੈਂ ਫਿਰ ਆ ਗਿਆ ਬਾਈ ਹੁਣੀ ਖੜ ਕੇ। ਇਹ ਦਿਖਾਉਣ ਦੀ ਹਿੰਮਤ ਨਹੀਂ। ਲਓ ਵੀ ਰਾਈਡ ਐਨ ਸ਼ੁਰੂ ਹੋ ਗਈ ਆ, ਡਰ ਜਾ ਲੱਗਣ ਵਾਲੀ। ਨਿਕਲਿਆ 20 ਰੁਪਏ ਦੇ ਬਿਸਕੁਟ। ਚੱਲ ਲੋ ਵੀ ਮਿੱਤਰੋ, ਅਸਲੀ ਮੇਲੇ ਦੀਆਂ ਜੋ ਰੌਣਕਾਂ ਨੇ ਉਹ ਸ਼ਾਮ ਵੇਲੇ ਹੀ ਨੇ, ਤੇ ਸ਼ਾਮ ਵੇਲੇ ਵੀ ਪਹੁੰਚ ਗਏ ਹਨ ਛਪਾਰ ਦੇ ਮੇਲੇ ਤੇ। ਬਾਕੀ ਰੰਗ ਢੰਗ ਸ਼ਾਮ ਦੇ ਵੇਲੇ ਦਾ ਵੀ ਤੁਹਾਨੂੰ ਦਿਖਾਉਂਦੇ ਹਾਂ, ਨਜ਼ਾਰੇ ਲੈਂਦੇ ਹਾਂ। ਉੱਦਣ ਸ਼ਨੀਵਾਰ ਆਏ ਨਾ ਆਏ ਇੱਕ ਬਰਾਬਰ ਸੀਗਾ, ਕਿਉਂਕਿ ਅਸਲੀ ਜੋ ਮੇਲੇ ਦਾ ਰੰਗ ਹੈ ਨਾ ਉਹ ਰਾਤ ਦੇ ਵੇਲੇ ਹੀ ਹੈ, ਐਨ ਰੌਸ਼ਨੀ ਦੇ ਵਿੱਚ ਝੂਟਿਆਂ ਦੇ ਵਿੱਚ ਜੋ ਲਾਈਟਾਂ ਲੱਗੀਆਂ ਹੋਈਆਂ ਨੇ ਉਹ ਆਪਣੇ ਆਪ ਦੇ ਵਿੱਚ ਸਾਰਿਆਂ ਨੂੰ ਆਕਰਸ਼ਿਤ ਕਰਦੀਆਂ ਨੇ। ਜਿਹੜਾ ਇਹ ਛਪਾਰ ਦਾ ਮੇਲਾ ਨਾ, ਪੰਜਾਬ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਪ੍ਰਸਿੱਧ ਮੇਲਾ, ਅਤੇ ਇਹ ਸਾਰਿਆਂ ਨੂੰ ਰਾਜਨੀਤਿਕ ਤੌਰ 'ਤੇ, ਸੱਭਿਆਚਾਰਕ ਤੌਰ 'ਤੇ ਅਤੇ ਧਾਰਮਿਕ ਤੌਰ 'ਤੇ, ਸੱਭਿਆਚਾਰਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਸਾਰਿਆਂ ਨੂੰ ਆਪਸ ਦੇ ਵਿੱਚ ਜੋੜਦਾ। ਅਤੇ
ਮੇਲੇ ਦੇ ਵਿੱਚ ਆ ਬਾਈ ਹੁਣੀ ਵੀ ਸਾਡੇ ਨਾਲ ਹੀ ਤੁਰੇ ਆਉਂਦੇ ਮੁੰਡਾ ਭਾਈ ਨਾਲ ਕੱਟ ਲਈ ਚਾਹੇ ਨਹੀਂ ਨਹੀਂ ਕੱਟਣੀ ਕਾਹਨੂੰ ਹੈ ਹਾਂਜੀ ਭਰਾ ਜੀ ਮੇਰੇ ਬਹੁਤ ਵਧੀਆ ਮੇਲਾ ਤੇ ਆ ਭਰਾ ਬਹੁਤ ਸੋਹਣਾ ਸੂਟ ਕੱਢਦੇ ਆ ਤੇ ਨਾਲ ਸਰਦਾਰ ਜੀ ਨੇ ਆ ਮੇਰਾ ਬਾਈ ਜਗਨੂ ਨਾਲ ਅਸੀਂ ਵੀਰੇ ਫੈਮਿਲੀ ਨਾਲ ਮੇਲਾ ਦੇਖਣ ਆਇਆ ਪਰ ਵੀਰੇ ਉਹ ਗੱਲ ਹੈ ਨਹੀਂ ਮੇਲੇ ਦੀ ਹੈ ਨਾ ਉਹ ਹਾਂ ਉਹ ਗੱਲ ਹੈ ਵੀ ਪਹਿਲੇ ਪਿਛਲੇ ਸਾਲਾਂ ਨਾਲੋਂ ਇਸ ਵਾਰ ਮੇਲੇ 'ਚ ਕਾਫੀ ਇਕੱਠ ਬਹੁਤ ਘੱਟ ਹੈ ਪਰ ਜੋ ਵੀ ਹੈ ਵਧੀਆ ਹੈ ਵਧੀਆ ਵੀਰੇ ਬਹੁਤ ਸੋਹਣਾ ਹੈ ਨਾ ਬਹੁਤ ਵਧੀਆ ਭਰਾ ਇੰਜੋਇਮੈਂਟ ਕਰੋ ਡਾ ਭਾਈ ਨਹੀਂ ਆਏ ਪਹੁੰਚੋ ਉਰੇ ਬਿਲਕੁਲ ਪਹੁੰਚੋ ਐਤਵਾਰ ਤੱਕ ਇਹ ਮੇਲਾ ਫੋਲੋ ਕਰੋ ਹਨਾ ਭਰਾ ਦਾ ਚੈਨਲ ਦੇਖੋ ਤੇ ਵੀਰੇ ਬਹੁਤ ਸੋਹਣਾ ਵੀਡੀਓ ਪਾਉਂਦਾ ਥੈਂਕ ਯੂ ਫੋਲੋ ਕਰੋ ਸਰਦਾਰ ਜੀ ਨੂੰ ਓਕੇ ਥੈਂਕ ਯੂ ਬਾਈ ਕਹਿੰਦਾ ਮੈਂ ਦੇਖਦਾ ਮੇਲਾ ਬਾਈ ਦੇਖਦਾ ਮੇਲਾ ਬਹੁਤ ਘੈਂਟ ਹੈ ਬਹੁਤ ਮਜ਼ਾ ਆ ਰਿਹਾ ਬਾਈ ਤੁਸੀਂ ਕਿਹੜੇ ਪਿੰਡ ਤੋਂ ਬਾਈ ਅਸੀਂ ਬਾਈ ਬੌੜੇ ਫੋਰਦ ਤੋਂ ਅੱਛਾ ਤੇ ਪਹਿਲੀ ਵਾਰ ਤੁਸੀਂ ਤਾਂ ਆਉਂਦੇ ਰਹਿੰਦੇ ਹੋਵੋਗੇ ਹਾਂ ਪਿਛਲੇ ਸਾਲਾਂ ਨਾਲੋਂ ਮੇਲਾ ਕਿਵੇਂ ਲੱਗਿਆ ਇਸ ਵਾਰ ਇਸ ਵਾਰੀ ਬਹੁਤ ਵਧੀਆ ਲੱਗਿਆ ਵੀਰੇ ਮੇਲਾ ਹਾਂ ਮੈਨੂੰ ਵੀ ਬਹੁਤ ਵਧੀਆ ਲੱਗਿਆ ਮੈਂ ਛਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਰਾਤ ਦੀ ਜੋ ਰੌਣਕ ਹੈ ਏਦਾਂ ਹੀ ਹੈ ਬਸ ਆ ਜਾ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰੇ ਕਿਹੜੀ ਸਰਾ ਪੂਰਾ ਪੂਰਾ ਰਾਤ ਦੇ ਵੇਲੇ ਜ਼ਿਆਦਾ ਵਧੀਆ ਬਾਲਾ ਯਾਰ ਇਹ ਲਾਈਟਾਂ ਦਾ ਕਿੰਨਾ ਚੰਦ ਲਾਈਟਾਂ ਨਾਲ ਪੂਰਾ ਇਹ ਖੜ ਉੱਠਦਾ ਮੇਲਾ ਫਾਈਨਲੀ ਜਵਾਕਾਂ ਵਾਲੀ ਟ੍ਰੇਨ ਲਈ ਮਨਾ ਲਿਆ ਮੈਂ ਬਹੁਤ ਹੀ ਵੱਡੀ ਚੜ੍ਹਦਾ ਮੈਨੂੰ ਹਾਰਟ ਦਾ ਥੋੜ੍ਹਾ ਜਿਹਾ ਪੇਸ਼ੈਂਟ ਹੈ ਤੇਜਾ ਕਹਿੰਦਾ ਮੈਂ ਹਾਰਟ ਦਾ ਥੋੜ੍ਹਾ ਜਿਹਾ ਪੇਸ਼ੈਂਟ ਹੈ ਇਸ ਕਰਕੇ ਅਵੋਇਡ ਕਰਦਾ ਪਰ ਕੋਈ ਗੱਲ ਨਹੀਂ ਟ੍ਰੇਨ ਦੇ ਆ ਨਜ਼ਾਰੇ ਲੈਂਦੇ ਆ ਫੜ ਕੇ ਬੈਠੀ ਫੜ ਕੇ ਚੀਜ਼ ਤੇ ਬੈਠ ਜਾਂਦੇ ਹਾਂ ਕਿਸੇ ਵੇਲੇ ਨਾ ਮਿੱਤਰੋ ਇਹ ਜੋ ਮੇਲਾ ਸੀਗਾ ਇਹ ਬੋਲੀਆਂ ਲਈ ਬਹੁਤ ਜ਼ਿਆਦਾ ਮਸ਼ਹੂਰ ਸੀਗਾ ਹੁਣ ਕਹਿੰਦੇ ਆ ਵੀ ਬੋਲੀਆਂ ਉਹ ਵਾਲੀਆਂ ਬੋਲੀਆਂ ਇਸ ਟਾਈਮ ਇਹ ਮੇਲੇ 'ਤੇ ਪੈਂਦੀਆਂ ਨਹੀਂ ਹੈਗੀਆਂ ਜੇ ਮੰਨ ਲਓ ਪੈਂਦੀਆਂ ਵੀ ਹੁੰਦੀਆਂ ਉਹ ਵਾਲੀਆਂ ਬੋਲੀਆਂ ਤਾਂ ਫਿਰ ਉਹ ਨੈੱਟਫਲਿਕਸ ਵਾਲਾ ਕੰਟੈਂਟ ਬਣ ਜਾਣਾ ਸੀ ਅੱਜ ਮਿੱਤਰੋ ਛਪਾਰ ਦੇ ਮੇਲੇ 'ਤੇ ਆ ਕੇ ਪੂਰਾ ਆਨੰਦ ਆਇਆ ਬਹੁਤ ਹੀ ਜ਼ਿਆਦਾ ਅਸੀਂ ਇੰਜੋਏ ਕੀਤਾ ਇੰਨਾ ਇੰਜੋਏ ਮੈਨੂੰ ਲੱਗਦਾ ਮੈਂ ਨਹੀਂ ਕਦੇ ਕੀਤਾ ਹੋਣਾ ਝੂਟੇ ਵੀ ਲਏ ਮੌਤ ਕਾ ਕੂਹਾਂ ਵੀ ਦੇਖਿਆ ਮੇਲੇ ਦੇ ਰੰਗ ਢੰਗ ਵੀ ਦੇਖੇ ਤੁਹਾਡੇ ਤੱਕ ਵੀ ਪਹੁੰਚਦੇ ਕੀਤੇ ਅਤੇ ਵੀਡੀਓ ਨੂੰ ਮੈਂ ਅੱਜ ਦੇ ਦਿਨ ਲਈ ਇੱਥੇ ਹੀ ਐਂਡ ਕਰਦਾ ਅਤੇ ਮਿਲਦੇ ਹਾਂ ਫਿਰ ਨਵੀਂ ਕਿਸੇ ਵੀਡੀਓ ਦੇ ਵਿੱਚ ਟਿਲ ਦੈਨ ਫਤਿਹ ਅਦਾਬ ਨਮਸਤੇ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ